ਤੁਹਾਡੇ ਪੰਜੇ ਕੇ ਤਾੜ ਦੇ ਵਿੱਚ ਉਹਨਾਂ ਕੰਮ ਹੋਇਆ, ਵਿਕਾਸ ਹੋਇਆ ਜਿੰਨਾ ਹੋਣਾ ਚਾਹੀਦਾ ਸੀ, ਹਲਕੇ ਦੇ ਵਿੱਚ ਉਹਨਾਂ ਵਿਕਾਸ ਹੋਇਆ ਜਿੰਨਾ ਹੋਣਾ? ਨਹੀਂ ਯਾਰ, ਨਹੀਂ ਯਾਰ। ਕੀ ਸੋਚਦੇ ਆ ਲੋਕ ਕਿੱਦਾਂ ਦਾ ਵਿਧਾਇਕ ਹੋਣਾ ਚਾਹੀਦਾ? ਇਹ ਸੋਚਣੇ ਸਾਡੇ ਪੜ੍ਹੇ ਲਿਖੇ ਜਵਾਨ ਨਸ਼ਿਆਂ ਦੇ ਵਿੱਚ ਗੁੱਲ ਹੋ ਰਹੇ ਨੇ। ਸਾਨੂੰ ਵਿਧਾਇਕ ਉਹ ਚਾਹੀਦਾ ਜਿਹੜਾ ਸਾਡੀਆਂ ਨੌਕਰੀਆਂ ਬਾਰੇ ਸੋਚੇ। ਵਿਧਾਇਕ ਕਿੱਦਾਂ ਦਾ ਹੋਣਾ ਚਾਹੀਦਾ ਹੈ ਇਸ ਵਾਰ ਤੁਸੀਂ ਕੀ ਸੋਚਦੇ ਹੈਗੇ? ਅਤੇ ਬਾਕੀ ਇੰਨਾ ਹੀ ਆ ਕਿ ਵੋਟਾਂ ਲੈਣ ਵਾਰੀ ਤਾਂ ਚਲੋ ਸਾਰੇ ਗੇੜੇ ਮਾਰਦੇ ਆ, ਬਾਅਦ 'ਚ ਉਸ ਤੋਂ ਬਾਅਦ ਦਿਖਦਾ ਨਹੀਂ ਕੋਈ ਵੀ ਇੱਥੇ। ਆਪਣਾ ਪਿੰਡ ਵਸਵਾਈ ਕੇ ਜੀ, ਮਮਦੌੜ 'ਚ। ਵਿਕਾਸ ਬਿਲਕੁਲ ਨਹੀਂ ਹੋਇਆ ਜੀ। ਕੀ ਵੋਟਰ ਜਾਗਰੂਕ ਹੈ, ਵੋਟਰ ਸੋਚ ਸਮਝ ਕੇ ਵੋਟ? ਹਾਂਜੀ ਸਰ, ਪੂਰਾ ਸੋਚੂ ਕਹਿੰਦੀ ਕਿਹੜੀ ਗੱਲ, ਮੇਰੇ ਵਰਗਾ ਵੀ ਤਾਂ ਸੋਚ ਕੇ ਪਾਊਗਾ ਨਾ। ਫਿਰੋਜ਼ਪੁਰ ਦੇ ਹਲਕਾ ਗੁਰੂ ਹਰ ਸਾਹਿਬ ਦੇ ਵਿੱਚ ਹੈਗੇ ਹਾਂ, ਤਾਂ ਇੱਥੋਂ ਦੇ ਲੋਕਾਂ ਦੀ ਰਾਏ ਜਾਣ ਰਹੇ ਹੈਗੇ ਹਾਂ ਕਿ ਉਹਨਾਂ ਨੂੰ ਕਿਹੜਾ ਵਿਧਾਇਕ ਇਸ ਵਾਰ ਚਾਹੀਦਾ ਹੈਗਾ, ਕਿੱਦਾਂ ਦਾ ਵਿਧਾਇਕ ਹੋਣਾ ਚਾਹੀਦਾ। ਤਾਂ ਲੋਕਾਂ ਨਾਲ ਗੱਲਬਾਤ ਕਰ ਰਹੇ ਹੈਗੇ ਹਾਂ, ਵੱਖ ਵੱਖ ਪਿੰਡਾਂ 'ਚ ਵੀ ਅਸੀਂ ਜਾ ਰਹੇ ਹੈਗੇ ਹਾਂ, ਤਾਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ। ਹਰਨੈਕ ਸਿੰਘ ਜੀ, ਤੁਹਾਡਾ ਕਿਹੜਾ ਹਲਕਾ ਹੈਗਾ? ਇਹ ਗੁਰੂ ਹਰ ਸਾਹਿਬ ਜੀ। ਗੁਰੂ ਹਰ ਸਾਹਿਬ ਹਲਕੇ ਦੇ ਵਿੱਚ ਵਿਕਾਸ ਹੋਇਆ ਜਿੰਨਾ ਹੋਣਾ ਚਾਹੀਦਾ ਸੀਗਾ? ਥੋੜ੍ਹਾ ਬਹੁਤ ਹੋਇਆ ਜੀ ਜੇ ਕੋਈ। ਕਿੱਦਾਂ ਦਾ ਵਿਧਾਇਕ ਹੋਣਾ ਚਾਹੀਦਾ, ਕੀ ਲੋਕ ਕੀ ਸੋਚਦੇ ਆ ਕਿੱਦਾਂ ਦਾ ਵਿਧਾਇਕ ਹੋਣਾ ਚਾਹੀਦਾ? ਇਹਨਾਂ ਤੋਂ ਸਾਨੂੰ ਨਹੀਂ ਪਤਾ ਜੀ ਯਾਰ, ਲੋਕ ਤਾਂ ਬਹੁਤ ਕੁਝ ਸੋਚਦੇ ਨੇ। ਹੋਰ ਗੱਲਬਾਤ ਕਰਦੇ ਆ ਬਾਈ ਜੀ। ਕੀ ਨਾਮ ਹੈ ਤੁਹਾਡਾ? ਗੁਰਮੇਲ ਸਿੰਘ ਜੀ। ਤੁਹਾਡਾ ਕਿਹੜਾ ਹਲਕਾ? ਗੁਰੂ ਹਰ ਸਾਹਿਬ ਜੀ। ਤੇ ਗੁਰੂ ਹਰ ਸਾਹਿਬ ਹਲਕੇ ਦੇ ਵਿੱਚ ਉਹਨਾਂ ਵਿਕਾਸ ਹੋਇਆ ਜਿੰਨਾ ਹੋਣਾ ਚਾਹੀਦਾ? ਵਾਦ ਹੈ ਪਰ ਘੱਟ ਹੋਇਆ ਸੀ। ਕੀ ਸੋਚਦੇ ਆ ਲੋਕ, ਵੋਟਾਂ ਆ ਗਈਆਂ ਹੈਗੀਆਂ, ਕਿੱਦਾਂ ਦਾ ਵਿਧਾਇਕ ਕਿੱਦਾਂ ਦਾ ਹੋਣਾ ਚਾਹੀਦਾ? ਆਪੋ ਆਪਦੀ ਮਰਜ਼ੀ ਹੈ ਜੀ, ਕਿਹਨੂੰ ਮਰਜ਼ੀ ਪਾ ਦੇਵੇ ਆਪਾਂ ਹੁਣ ਕੀ ਕਹਿ ਸਕਦੇ। ਕੀ ਲੋਕ ਕੀ ਸੋਚਦੇ ਵਿਧਾਇਕ ਕਿੱਦਾਂ ਦਾ ਹੋਣਾ ਚਾਹੀਦਾ, ਮਤਲਬ ਕਿ ਲੋਕਾਂ ਦੇ ਨਾਲ ਖੜਨ ਵਾਲਾ ਹੋਵੇ, ਵਿਕਾਸ ਕਰਵਾਉਣ ਵਾਲਾ ਹੋਵੇ? ਤੁਹਾਨੂੰ ਲੱਗਦਾ ਯੂਥ ਨੂੰ ਨੌਕਰੀਆਂ ਮਿਲੀਆਂ ਹੈਗੀਆਂ ਜਾਂ ਹੋਰ ਵਿਕਾਸ ਹੋਇਆ? ਨੌਕਰੀਆਂ ਤਾਂ ਕੋਈ ਨਹੀਂ ਮਿਲੀਆਂ ਕਿਸੇ ਨੂੰ ਜੀ। ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ? ਨਹੀਂ ਜੀ, ਕੋਈ ਨਹੀਂ ਵਾਅਦਾ ਪੂਰਾ ਕੀਤਾ। ਤਾਂ ਅਸੀਂ ਗੁਰੂ ਹਰ ਸਾਹਿਬ ਹਲਕੇ ਦੇ ਵਿੱਚ ਆ, ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ। ਸਰ ਕੀ ਨਾਮ ਹੈ ਜੀ? ਜਗਿੰਦਰ ਸਿੰਘ। ਕਿਹੜਾ ਹਲਕਾ ਪੈਂਦਾ ਤੁਹਾਡਾ? ਮੇਰਾ ਤਾਂ ਇਹੋ ਹਲਕਾ ਤੇ ਇਹੋ ਹੀ ਹੈ, ਗੁਰੂ ਹਰ ਸਾਹਿਬ। ਹਾਂ, ਗੁਰੂ ਹਰ ਸਾਹਿਬ ਪਿੰਡ ਕਿਹੜਾ ਪੈਂਦਾ ਤੁਹਾਡਾ? ਪਿੰਡ ਪੰਜੇ ਕੇ ਤਾੜ ਹੈ। ਪੰਜੇ ਕੇ ਤਾੜ। ਤੁਹਾਡੇ ਪੰਜੇ ਕੇ ਤਾੜ ਦੇ ਵਿੱਚ ਉਹਨਾਂ ਕੰਮ ਹੋਇਆ, ਵਿਕਾਸ ਹੋਇਆ ਜਿੰਨਾ ਹੋਣਾ ਚਾਹੀਦਾ ਸੀ, ਹਲਕੇ ਦੇ ਵਿੱਚ ਉਹਨਾਂ ਵਿਕਾਸ ਹੋਇਆ ਜਿੰਨਾ ਹੋਣਾ? ਨਹੀਂ ਹੋਇਆ ਜੀ, ਨਹੀਂ ਹੋਇਆ। ਪਰਚੇ ਹੀ ਹੋਇਆ ਨਾ ਉਲਟੇ? ਪਰਚੇ ਹੋਏ। ਹਾਂ, ਸਾਡੇ ਤੇ 302 ਦਾ ਪਰਚਾ ਇਹਨਾਂ ਰਾਣੇ ਵਰ ਖੁਦ ਕਰਵਾਇਆ ਹੈ ਮੇਰੇ ਭਾਈ ਤੇ। ਕੀ ਸੋਚਦੇ ਆ ਲੋਕ, ਕਿੱਦਾਂ ਦਾ ਵਿਧਾਇਕ ਹੋਣਾ ਚਾਹੀਦਾ? ਅਸੀਂ ਇਹ ਸੋਚਨੇ ਸਾਡੇ ਪੜ੍ਹੇ ਲਿਖੇ ਜਵਾਨ ਨਸ਼ਿਆਂ ਦੇ ਵਿੱਚ ਗੁੱਲ ਹੋ ਰਹੇ ਨੇ। ਸਾਨੂੰ ਵਿਧਾਇਕ ਉਹ ਚਾਹੀਦਾ ਜਿਹੜਾ ਸਾਡੀਆਂ ਨੌਕਰੀਆਂ ਬਾਰੇ ਸੋਚੇ। ਹਾਂਜੀ, ਅਸੀਂ ਵਿਹਲੇ ਫਿਰਨੇ ਆ, ਗੱਡੀਆਂ ਦੇ ਡਰਾਈਵਰੀਆਂ ਕਰਦੇ ਫਿਰਨੇ ਆ, ਅਸੀਂ ਭੁੱਖੇ ਮਰ ਰਹੇ ਜਮਾਂ ਹੀ। ਫਿਰੋਜ਼ਪੁਰ ਦੇ ਹਲਕਾ ਗੁਰੂ ਹਰ ਸਾਹਿਬ ਦੇ ਵਿੱਚ ਮੌਜੂਦ ਆ, ਵੱਖ ਵੱਖ ਪਿੰਡਾਂ 'ਚ ਜਾ ਰਹੇ ਹੈਗੇ ਆ, ਲੱਖੋ ਕੇ ਬੈਰਾਮ ਦੇ ਵਿੱਚ ਆ। ਤਾਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਕਿ ਲੋਕ ਇਸ ਵਾਰ ਉਮੀਦਵਾਰ ਕਿੱਦਾਂ ਦਾ ਚਾਹੁੰਦੇ ਹੈਗੇ ਨੇ, ਗੱਲਬਾਤ ਕਰਾਂਗੇ। ਬਾਈ ਜੀ ਇੱਥੇ ਮੌਜੂਦ ਨੇ। ਬਾਈ ਜੀ ਕੀ ਨਾਮ ਹੈ ਤੁਹਾਡਾ? ਲਵਜੀਤ ਸਿੰਘ। ਕਿਹੜਾ ਪਿੰਡ ਹੈ ਤੁਹਾਡਾ? ਇਹੀ ਪਿੰਡ ਹੈ ਲੱਖੋਕੇ। ਲੱਖੋਕੇ ਦੇ ਵਿੱਚ ਕਿੰਨਾ ਕੁ ਵਿਕਾਸ ਹੋਇਆ? ਵਿਕਾਸ ਤਾਂ ਠੀਕ ਠਾਕ ਹੀ ਆ ਜੀ, ਬਸ ਠੀਕ ਠਾਕ ਹੀ। ਹਾਂ, ਵਿਧਾਇਕ ਕਿੱਦਾਂ ਦਾ ਹੋਣਾ ਚਾਹੀਦਾ ਹੈ ਇਸ ਵਾਰ ਤੁਸੀਂ ਕੀ ਸੋਚਦੇ ਹੈਗੇ? ਦੇਖੋ ਜੀ, ਸੋਚ ਤਾਂ ਇਹੀ ਆ ਕਿ ਵਿਧਾਇਕ ਵਧੀਆ ਹੋਣਾ ਚਾਹੀਦਾ, ਜਿਹੜਾ ਮਤਲਬ ਵੀ ਪਿੰਡ ਦਾ ਜੋ ਵੀ ਸਾਰੀ ਪੁਜੀਸ਼ਨ ਜਿਹੜਾ ਪਿੰਡ ਦਾ ਬੰਦਾ ਦੇਖੇ। ਅਤੇ ਬਾਕੀ ਇੰਨਾ ਹੀ ਆ ਕਿ ਵੋਟਾਂ ਲੈਣ ਵਾਰੀ ਤਾਂ ਚਲੋ ਸਾਰੇ ਗੇੜੇ ਮਾਰਦੇ ਆ, ਬਾਅਦ 'ਚ ਉਸ ਤੋਂ ਬਾਅਦ ਦਿਖਦਾ ਨਹੀਂ ਕੋਈ ਵੀ ਇੱਥੇ। ਵਿਕਾਸ ਹੋਇਆ? ਵਿਕਾਸ ਤਾਂ ਤੁਹਾਡੇ ਸਾਹਮਣੇ ਆ, ਠੀਕ ਠਾਕ ਹੀ ਆ ਵਿਕਾਸ ਤਾਂ ਠੀਕ ਠਾਕ ਹੈ। ਹੋਰ ਅਸੀਂ ਗੱਲਬਾਤ ਕਰਾਂਗੇ ਕਿ ਕਿਵੇਂ ਦੇਖਦੇ ਹੈਗੇ ਆ ਅਸੀਂ ਲੱਖੋਕੇ ਬਰਾਮ ਜਿਹੜਾ ਪਿੰਡ ਹੈਗਾ ਉੱਥੇ ਮੌਜੂਦ ਆ, ਗੱਲਬਾਤ ਕਰਦੇ ਹੈਗੇ ਹਾਂ, ਤਾਂ ਲੋਕ ਕੀ ਚਾਹੁੰਦੇ ਹੈਗੇ ਆ? ਬਾਈ ਜੀ ਕਿਹੜਾ ਪਿੰਡ ਆ ਤੁਹਾਡਾ? ਸਵਾਈ ਕੇ। ਇਹ ਗੁਰੂ ਹਰ ਸਾਹਿਬ ਦੇ ਹਲਕੇ ਦੇ? ਹਾਂਜੀ। ਤੁਹਾਡੇ ਹਲਕੇ ਦੇ ਵਿੱਚ ਕਿੰਨਾ ਕੁ ਵਿਕਾਸ ਹੋਇਆ? ਵਿਕਾਸ ਹੋ ਹੀ ਜਾਂਦਾ ਮਾੜਾ ਮੋਟਾ। ਨਾ, ਵਿਕਾਸ ਹੋਇਆ ਵੀ ਕਿ ਨਹੀਂ ਹੋਇਆ? ਚੱਲੀ ਜਾਂਦਾ ਮਾੜਾ ਮੋਟਾ, ਜ਼ਿਆਦਾ ਨਹੀਂ ਹੋਇਆ। ਹਾਂ, ਆਪਣਾ ਪਿੰਡ ਵਸਵਾਈ ਕੇ ਜੀ। ਉਹ ਕਿੰਨੇ 'ਚ ਪੈਂਦਾ ਹੈਗਾ? ਮਮਦੌੜ 'ਚ ਜੀ। ਮਮਦੌੜ 'ਚ ਤੁਹਾਡੇ ਹਲਕੇ ਦਾ ਵਿਕਾਸ ਹੋਇਆ? ਵਿਕਾਸ ਬਿਲਕੁਲ ਨਹੀਂ ਹੋਇਆ ਜੀ, ਨਹੀਂ ਜੀ, ਨਹੀਂ। ਬਿਲਕੁਲ, ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹੈਗੇ ਹਾਂ ਕਿ ਲੋਕ ਕਿੱਦਾਂ ਸੋਚਦੇ ਹੈਗੇ ਨੇ। ਅਸੀਂ ਲੱਖੋਕੇ ਬਰਾਮ ਦੇ ਵਿੱਚ ਹਾਂ, ਬਾਈ ਜੀ ਨਾਲ ਗੱਲਬਾਤ ਕਰਦੇ ਹੈਗੇ ਹਾਂ। ਬਾਈ ਜੀ ਕਿਹੜਾ ਇਹ ਪਿੰਡ ਕਿਹੜਾ ਹੈਗਾ, ਇੱਥੋਂ ਦੇ ਰਹਿਣ ਵਾਲੇ? ਹਾਂਜੀ ਸਰ, ਇੱਥੋਂ ਜਾ ਕੇ ਮੈਂ। ਕਿੰਨਾ ਕੁ ਵਿਕਾਸ ਹੋਇਆ? ਵਿਕਾਸ ਸਰ ਗਲੀਆਂ ਨਾਲੀਆਂ ਬਣਦੀਆਂ ਪਈਆਂ, ਕੁਛ ਨਹੀਂ ਵਿਕਾਸ, ਨਾ ਕੋਈ ਨੌਕਰੀ, ਨਾ ਕੋਈ, ਜਿੰਨੀ ਦੇਰ
सरकार नौकरी दिंदी उन्हां दा तां कुछ वी नहीं गा आपां समझदे आ। जे दाल रोटी दिंदी आ, जे नौकरी दे तो अपने आप कमालूगा, ठीक है ना जी। ऐतकी चोणां हैगीआं, वोटर की सोचता है किदां दा विधायक किदां दा होना चाहिए? सर इत्थे कोई आया नहीं, की सोचिए, कोई कांग्रेसी आ ते भावें कोई दूजा आया, ठीक है ना जी। मेन गल तो हर किसी की सोच आ नौकरी, मेरे वर्गा पढ़िया लिखा बंदा, जे पुराना बंदा ला लो उन्हूं गलियां नालियां दी पई आ, ठीक है ना जी। उन्होंने गलियां नालियां ला, मेरी गली नहीं बनी, मेरी नाली नहीं बनी। पर तुम सोचो भी जब नौकरी मिलेगी तो अगला आली गली बना लूगा, तो नाली बना लूगा, सारा कुछ कर लूगा ना। ऐतकी वोटर जागरूक है, वोटर सोच समझ के वोट? हाँ जी, सो पूरा सोचू कहते कि गल जी, मेरे वर्गा भी तो सोच के पाऊगा ना। अगे सी लंघ गया टाइम, जो लंघ गया 5 साल बाद जिमें कहते होंगे सब कुछ होंगे आ, पर इस टाइम ज्यादा पढ़ी लिखी जनरेशन ज्यादा आ। विधायक किदा का होना चाहिए? विधायक देखो जी, सब तो मेन गल आ, जे कोई आप बनता आ कम से कम गेड़ा मारन का फर्ज तो बनता ना, पूछे आगे ले भी की प्रॉब्लम आ तुहानू। जो 5 साल बन जाते आ कोई नहीं, इतने की लैना देना? ना जी ना, बिल्कुल नहीं। कि उदो कुछ होर होंगे आ, जो मतलब बन जाते उदो कुछ होर हो जाते। फिर लखो के बराम सर, जिला फिरोजपुर, तहसील गुरुसर, ममदोड़ भी पै जाती गुरु। हाँ जी हाँ जी, दोवें पै जाते। हाँ जी, गुरुसर च पै जाता मेन। गुरु हर साहिब के लोगों नाल असीं गलबात की हैगी है, हल्के दे विच गए हैं, लोगों के राय जानी हैगी है कि लोग की सोचते हैं, किदां जिहड़ी है उम्मीदवार होना चाहिए, विधायक किदां दा होना चाहिए। तो लोगों की जिहड़ी है मिली जुली राय जिहड़ी है नज़र आई है, लोगों का कहना कि जिहड़ा विकास करवा सके वो विधायक होना चाहिए, लोगों को मिल सके वो विधायक होना चाहिए। तो लोगों की उत्थे मिली जुली राय जिहड़ी है वो नज़र आई हैगी। असीं होर हल्के च लैके जावांगे तो होर लोगों नाल गलबात करांगे कि लोग की सोचते हैं। कैमरा परसन नेश के साथ सनी चोपड़ा, लिविंग इंडिया न्यूज़, पंजाब, फिरोजपुर।